ਜਦੋਂ ਤਰਨ ਤਾਰਨ ਸਾਹਿਬ ਅਰਦਾਸ ਕੀਤੀ ਸੀ ਉਦੋਂ ਇਹ ਬੋਲ ਕਹੇ ਸੀ ਮਹਾਰਾਜ ਇਹ ਸੀਸ ਅੱਜ ਆਪ ਜੀ ਦੇ ਚਰਨਾਂ ਵਿੱਚ ਭੇਟ ਕਰ ਦੇਣਾ ਹੈ ਤੇ ਲੱਥੇ ਹੋਏ ਸੀਸ ਵੱਲ ਵੇਖ ਕੇ ਪੰਜਾਂ ਸਿੰਘਾਂ ਵਿੱਚੋਂ ਖਲੋਤੇ ਇੱਕ ਸਿੰਘ ਨੇ ਕਿਹਾ ਸੀ ਕਿ ਬਾਬਾ ਜੀ ਆਪ ਦਾ ਪ੍ਰਣ ਪੂਰਾ ਨਹੀਂ ਹੋਇਆ ਅਜੇ ਤੇ ਗੁਰੂ ਰਾਮਦਾਸ ਸਾਹਿਬ ਦਾ ਅਸਥਾਨ ਦੂਰ ਹੈ ਇੱਥੋਂ ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਕਿ ਲੁਸ਼ ਲੁਸ਼ ਕਰਦਾ ਬਾਬਾ ਜੀ ਦਾ ਧੜ ਉੱਠਿਆ ਕੱਟਿਆ ਹੋਇਆ ਸੀਸ ਆਪਣੀ ਖੱਬੀ ਤਲੀ ਤੇ ਟਿਕਾਇਆ ਤੇ ਬਾਬਾ ਦੀਪ ਸਿੰਘ ਸਾਹਿਬ ਜੀ 18 ਸੇਰ ਭਾਰਾ ਖੰਡਾ ਫੇਰਦੇ ਹੋਏ ਅੰਮ੍ਰਿਤਸਰ ਸਾਹਿਬ ਵੱਲ ਨੂੰ ਤੁਰੇ ਹੈ। ਦੱਸੋ ਸਾਇੰਸ ਕਿਵੇਂ ਸਿੱਧ ਕਰ ਸਕਦੀ ਹੈ, ਮਨੁੱਖੀ ਦਿਮਾਗ ਕਿਵੇਂ ਸਿੱਧ ਕਰ ਸਕਦਾ ਹੈ, ਪਰ ਸਤਿਗੁਰੂ ਦੀ ਬਾਣੀ ਸਿੱਧ ਕਰਦੀ ਹੈ। ਪ੍ਰਭਾਵ ਹੈ ਬਿਨਸਾਸ ਤੇ ਰੱਖ ਹੈ ਜਿਹਦੇ ਕੋਲ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਦੀ ਸ਼ਕਤੀ ਸਰੀਰ ਦੇ ਅੰਦਰ ਪ੍ਰਵੇਸ਼ ਕਰ ਗਈ ਹੈ ਉਹ ਸੀਸ ਤੋਂ ਬਿਨਾਂ ਵੀ ਜਿਉਂਦਾ ਰਹਿ ਸਕਦਾ।